ਸਤ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਫ੍ਰੈਂਡ ਤੁਹਾਡਾ ਬਹੁਤ ਬਹੁਤ ਸਵਾਗਤ ਨੇ ਮੇਰੇ ਚੈਨਲ ਤੇ ਜੇ ਤੁਸੀਂ ਫਰੈਂਡਸ ਪਾਪੜ ਦੇ ਸ਼ੌਕੀਨ ਹੈਗੇ ਤਾਂ ਤੁਸੀਂ ਜਰੂਰ ਆਹ ਵੀਡੀਓ ਨੂੰ ਐਂਡ ਤੱਕ ਵਾਚ ਕਰਨਾ ਬਿਕੋਜ਼ ਮੈਂ ਅੱਜ ਤੁਹਾਡੇ ਲਈ ਬਹੁਤ ਹੀ ਖਾਸ ਰੈਸিপি ਲੈ ਕੇ ਆਈ ਨੇ ਤੁਸੀਂ ਪਹਿਲੇ ਵੀ ਪਾਪੜ ਬਣਾਏ ਹੋਣੇ ਨੇ ਲੇਕਿਨ ਮੈਂ ਜਿਸ ਤਰੀਕੇ ਨਾਲ ਬਣਾਉਂਗੀ ਤੁਹਾਨੂੰ ਮੈਂ ਡਿਟੇਲ ਨਾਲ ਇੱਥੇ ਦਿਖਾਉਂਦੀ ਨੇ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਚੌਲ ਲਿੱਤੇ ਨੇ ਫਿਰ ਉਹਨੂੰ ਵਾਸ਼ ਕਰਕੇ ਪਾਣੀ ਨਾਲ ਓਵਰਨਾਈਟ ਦੇ ਲਈ ਰੱਖ ਦਿੱਤਾ ਹਾਂਜੀ ਦੋਸਤੋ ਤੇ ਸਵੇਰ ਹੋ ਚੁੱਕੀ ਨੇ ਤੇ ਤੁਸੀਂ ਦੇਖ ਸਕਦੇ ਹੋ ਆ ਪਾਣੀ ਚ ਬਿਲਕੁਲ ਵਧੀਆ ਹੋ ਗਏ ਨੇ ਤਾਂ ਐਦੇ ਬਾਅਦ ਮੈਂ ਇਹਨੂੰ ਮਿਕਸੀ ਚ ਪੀਸ ਦਵਾਂਗੀ ਚੰਗੀ ਤਰ੍ਹਾਂ ਹਾਂਜੀ ਫਰੈਂਡਸ ਉਹਦਾ ਤੋਂ ਪਾਪੜ ਜਿਹੜੇ ਹੈਗੇ ਉਹ ਮੈਦੇ ਨਾਲ ਬੰਦੇ ਨੇ ਲੇਕਿਨ ਅੱਜ ਮੈਂ ਚੌੜਾ ਨਾਲ ਬਣਾ ਕੇ ਤੁਹਾਨੂੰ ਦੱਸਦੀ ਆ ਕਿ ਤੁਸੀਂ ਕਿੱਦਾਂ ਈਜ਼ੀ ਟ੍ਰਿਕ ਨਾਲ ਬਣਾ ਸਕਦੇ ਨੇ ਹਾਂਜੀ ਫਰੈਂਡਸ ਤੋਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਫੋਲੋ ਕਰ ਦੇਣਾ ਜੇ ਤੁਸੀਂ YouTube ਤੇ ਦੇਖ ਰਹੇ ਨੇ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਹਾਂਜੀ ਫਰੈਂਡਸ ਤੇ ਇਹਦੇ ਚ ਮੈਂ ਨੂਨ ਡਾਲਤਾ ਤੇ ਇਹਦੇ ਚ ਮੈਂ ਥੋੜੀ ਅਜਵਾਇਨ ਵੀ ਐਡ ਕਰ ਰਹੀਓ ਤੇ ਨਾਲੇ ਥੋੜਾ ਮੈਦਾ ਵੀ ਐਡ ਕੀਤਾ ਨੇ ਹਾਂਜੀ ਫਰੈਂਡਸ ਤੇ ਥੋੜਾ ਜਿਹਾ ਮੈਂ ਇੱਥੇ ਸੋਡਾ ਵੀ ਯੂਜ਼ ਕੀਤਾ ਨੇ ਉਹਦੇ ਨਾਲ ਬਦਿਆ ਫੁੱਲਕੇ ਨਿਕਲਦੇ ਨੇ ਪਾਪੜ ਆਹ ਜਿਹੜੀ ਰੈਸিপি ਹੈਗੀ ਆ ਪਹਾੜ 'ਚ ਬਹੁਤ ਲੋਕ ਯੂਜ਼ ਕਰਦੇ ਨੇ ਲੇਕਿਨ ਉੱਥੇ ਸਾਡੇ ਮੈਦੇ ਦੇ ਹੀ ਬਣਾਉਂਦੇ ਨੇ ਚੌਲਾ ਦੇ ਨਹੀਂ ਬਣਾਉਂਦੇ ਤੋਂ ਜਿਨ੍ਹਾਂ ਦੇ ਘਰ ਕਦੇ ਨਹੀਂ ਅਵੇਲੇਬਲ ਹੁੰਦਾ ਮੈਦਾ ਤੋਂ ਤੁਸੀਂ ਐਦਾ ਚੌਲੇ ਨਾਲ ਵੀ ਬਣਾ ਸਕਦੇ ਨੇ ਆਪਣੇ ਘਰ 'ਚ ਲੀਜੀਏ ਫਰੈਂਡਸ ਤੇ ਤੇ ਇੱਥੇ ਅਸੀਂ ਚੁੱਲਾ ਬਾਲਤਾ ਤੇ ਇੱਕ ਟੱਕਣ ਲੈ ਲਿਆ ਸੀਗਾ ਅਸੀਂ ਉਹਦੇ ਚ ਅਸੀਂ ਬੈਟਰ ਜਿਹੜਾ ਹੈਗਾ ਉਹ ਐਡ ਕਰਤਾ ਹੁਣ ਇਹਨੂੰ ਸਟੀਮ ਨਾਲ ਹੀ ਪਕਾਉਣਾ ਹੈ ਦੋ ਸੇ 3 ਮਿੰਟ ਦੇ ਲਈ ਫਿਰ ਉਹਦੇ ਬਾਅਦ ਇਹਨੂੰ ਕੱਢ ਦੇਣਾ ਆ ਇਸ ਤਰੀਕੇ ਨਾਲ ਫਿਰ ਇਹਨੂੰ ਸੁਕਾਣੇ ਦੇ ਵਾਸਤੇ ਰੱਖਣਾ ਆ ਤੁਸੀਂ ਦੇਖ ਸਕਦੇ ਨੇ ਅਸੀਂ ਕਿਸ ਤਰ੍ਹਾਂ ਹਾਂਜੀ ਗਾਇਜ਼ ਤੇ ਤੁਸੀਂ ਇੱਥੇ ਦੇਖ ਸਕਦੇ ਨੇ ਅਸੀਂ ਕਿੰਨੇ ਪਾਪੜ ਤਿਆਰ ਕਰਤੇ ਤੇ ਹੁਣ ਇੱਕ ਦਿਨ ਬਾਅਦ ਆ ਤੁਸੀਂ ਐਦਾਂ ਦੇ ਦੇਖ ਸਕਦੇ ਹੋ ਪੱਕ ਕੇ ਤਿਆਰ ਹੋ ਚੁੱਕੇ ਨੇ ਧੁੱਪ 'ਚ ਤੇ ਨਾਲੇ ਇਹਨੂੰ ਮੈਂ ਫਰਾਈ ਵੀ ਕਰ ਦਿੱਤਾ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੁੰਦਰ ਬਣ ਕੇ ਤਿਆਰ ਹੋਏ ਨੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਣੀ ਨੇ ਮਿਲਦੇ ਨੇਕਸਟ ਬਲੌਗ 'ਚ ਬਾਏ ਬਾਏ ਟੇਕ ਕੇ